दैनिक सवेरा टीवी देख रहे हैं तमाम दर्शकों का स्वागत है। मैं नवीन कुमार। हार्दिक पांड्या T20 वर्ल्ड कप जितन तो बाद एकदम सुर्खियां दे विच आए सी क्योंकि लास्ट ओवर उन्हां दा बड़ा इंपोर्टेंट सी, पर उन्हां दी जिंदगी दे विच एक ऐसा भूचाल आया। दरअसल हार्दिक पांड्या ते उन्हां दी वाइफ नताशा स्टैनकोविक अलग हो गए ने। दोनों ने इंस्टाग्राम ते इस दी मुख्यमंत्री भगवंत सिंह मान दा ख्वाब पंजाब नूं भ्रिष्टाचार मुक्त बनाउणा। ਇਸੇ ਦੇ ਚਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ, ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਗਈ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 6,812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸੰਬੰਧਿਤ ਵੱਖ ਵੱਖ ਰੇਂਜਾਂ ਦੇ SSP ਨੂੰ ਪੜਤਾਲ ਲਈ ਭੇਜ ਦਿੱਤੀਆਂ, ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ, ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ, ਉਹਦੇ ਤੇ ਅਸੀਂ ਵਚਨਬੱਧ ਆ। ਮੇਰੀ ਇੱਕ ਹੱਥ ਬੰਨ ਕੇ ਬੇਨਤੀ ਹੈ, ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ 'ਚ ਨੌਕਰੀ ਦਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ। ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ। ਜਾਣਕਾਰੀ ਦਿੱਤੀ ਹੈ। ਹਾਰਦਿਕ ਨੇ ਕਿਹਾ ਹੈ ਕਿ ਹੁਣ ਉਹ ਨਤਾਸ਼ਾ ਮਿਲਕਰ ਉਹਨਾਂ ਦਾ ਜਿਹੜਾ ਬੇਟਾ ਹੈ ਅਗਸਤ, ਉਹਦੀ ਹਰ ਖੁਸ਼ੀ ਉਹਨੂੰ ਦੇਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਦੋਵੇਂ ਹਸਬੈਂਡ ਵਾਈਫ ਅਲੱਗ ਹੋ ਗਏ ਨੇ ਔਰ ਪਰ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਬੇਟਾ ਹੈ ਅਗਸਤ, ਉਸਨੂੰ ਅਸੀਂ ਹਰ ਤਰ੍ਹਾਂ ਦੀ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਰਦਿਕ ਨੇ ਲਿਖਿਆ ਕਿ 4 ਸਾਲ ਨਾਲ ਰਹਿਣ ਤੋਂ ਬਾਅਦ ਨਤਾਸ਼ਾ ਨੇ ਅਤੇ ਮੈਂ ਮਿਲ ਕੇ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਨਾਲ ਮਿਲ ਕੇ ਬਹੁਤ ਕੋਸ਼ਿਸ਼ ਨਾਲ ਮਿਲ ਕੇ ਰਹਿਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਸਭ ਕੁਝ ਦਾਅ ਤੇ ਲਗਾ ਦਿੱਤਾ, ਪਰ ਹੁਣ ਲੱਗਦਾ ਹੈ ਕਿ ਅਲੱਗ ਹੋਣ ਦਾ ਦੇ ਵਿੱਚ ਹੀ ਦੋਨਾਂ ਦੀ ਭਲਾਈ ਹੈ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਅਸੀਂ ਇਕੱਠੇ ਰਹੇ ਹਾਂ, ਹਾਲਾਂਕਿ 4 ਸਾਲ ਦਾ ਇਹ ਰਿਸ਼ਤਾ ਰਿਹਾ ਇਹਨਾਂ ਦਾ ਔਰ ਕਿਹਾ ਕਿ 4 ਸਾਲ ਅਸੀਂ ਇਕੱਠੇ ਰਹੇ ਹਾਂ ਪਰ ਅਸੀਂ ਇਕੱਠੇ ਰਹਿਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ। ਹੁਣ ਲੱਗਦਾ ਕਿ ਹੁਣ ਸਮਾਂ ਹੈ ਕਿ ਸਾਨੂੰ ਅਲੱਗ ਹੋਣਾ ਚਾਹੀਦਾ। ਹਾਰਦਿਕ ਅਤੇ ਨਤਾਸ਼ਾ ਦੇ ਵਿੱਚ ਤਲਾਕ ਦੀ ਖਬਰਾਂ ਕਈ ਦਿਨਾਂ ਤੋਂ ਚੱਲ ਰਹੀਆਂ ਸੀ। ਨਤਾਸ਼ਾ ਨੇ T20 ਵਰਲਡ ਕੱਪ ਦੇ ਵਿੱਚ ਟੀਮ ਇੰਡੀਆ ਦੀ ਜਿੱਤ ਦੇ ਬਾਵਜੂਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀ ਪੋਸਟ ਸ਼ੇਅਰ ਨਹੀਂ ਕੀਤੀ ਸੀ। ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਇੰਸਟਾਗ੍ਰਾਮ ਪੋਸਟ ਕੀਤੀ ਜਿਹਦੇ ਵਿੱਚ ਸੂਟਕੇਸ ਅਤੇ ਘਰ ਦੀ ਇੱਕ ਫੋਟੋ ਪਾਈ, ਜਿਸ ਦੇ ਉੱਤੇ ਪੋਸਟ ਦੇ ਜ਼ਰੀਏ ਉਹਨਾਂ ਨੇ ਆਪਣੇ ਘਰ ਸਰਬੀਆ ਜਾਣ ਦੇ ਵੱਲ ਇਸ਼ਾਰਾ ਕੀਤਾ ਸੀ। ਔਰ ਦੱਸ ਦਈਏ ਕਿ ਨਤਾਸ਼ਾ ਜਿਹੜੀ ਆ ਉਹ ਸਰਬੀਆ ਦੀ ਜੰਮਪਲ ਹੈ, ਉੱਥੇ ਦੀ ਰਹਿਣ ਵਾਲੀ ਹੈ। ਹੁਣ ਗੱਲ ਇਹ ਹੈ ਕਿ ਉਹਨਾਂ ਦੇ ਬੇਟੇ ਦਾ ਜਿਹੜਾ ਜੀਵਨ ਹੈ ਉਹ ਕਿਸ ਤਰੀਕੇ ਨਾਲ ਚੱਲੇਗਾ, ਪਰ ਦੋਵੇਂ ਹਸਬੈਂਡ ਵਾਈਫ ਜਿਹੜੇ ਨੇ ਜਿਨ੍ਹਾਂ ਦਾ ਤਲਾਕ ਹੋ ਗਿਆ, ਹਾਰਦਿਕ ਔਰ ਨਤਾਸ਼ਾ, ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਬੇਟੇ ਅਗਸਤ ਦਾ ਜਿਹੜਾ ਪੂਰਾ ਧਿਆਨ ਰੱਖਾਂਗੇ ਔਰ ਉਹਦੇ ਚੰਗੇ ਜੀਵਨ ਦੀ ਮਨੋਕਾਮਨਾ ਕਰਦੇ ਹਾਂ। ਹਾਰਦਿਕ ਨੇ ਤਲਾਕ ਨੂੰ ਲੈ ਕੇ ਆਪਣੀ ਪੋਸਟ ਦੇ ਵਿੱਚ ਅੱਗੇ ਲਿਖਿਆ ਹੈ ਕਿ ਨਤਾਸ਼ਾ ਅਤੇ ਮੇਰੇ ਲਈ ਇੱਕ ਮੁਸ਼ਕਲ ਸਮਾਂ ਸੀ। ਅਸੀਂ ਇੱਕ ਪਰਿਵਾਰ ਦੇ ਤੌਰ ਦੇ ਉੱਤੇ ਵੱਧਦੇ ਹੋਏ ਬਹੁਤ ਖੁਸ਼ੀਆਂ ਦੇਖੀਆਂ, ਇੱਕ ਦੂਸਰੇ ਦੇ ਦੀ ਰਿਸਪੈਕਟ ਦੇ ਨਾਲ ਅਸੀਂ ਨਾਲ ਰਹੇ ਹਾਂ, ਇੱਕ ਦੂਸਰੇ ਦੀ ਰਿਸਪੈਕਟ ਕਰਦੇ ਰਹੇ ਹਾਂ। ਅਸੀਂ ਅਗਸਤ ਦਾ ਸਾਨੂੰ ਈਸ਼ਵਰ ਨੇ ਇੱਕ ਤੋਹਫ਼ਾ ਦਿੱਤਾ ਅਗਸਤ ਦੇ ਰੂਪ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਬੇਟਾ ਹੈ ਅਤੇ ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੋਨਾਂ ਦੀ ਜ਼ਿੰਦਗੀ ਦਾ ਸੈਂਟਰ ਪੁਆਇੰਟ ਰਹੇਗਾ ਹਮੇਸ਼ਾ। ਅਗਸਤ ਜਿਹੜਾ ਉਹਨਾਂ ਦਾ ਬੇਟਾ ਹੈ ਉਹਨਾਂ ਦੀ ਜ਼ਿੰਦਗੀ ਦਾ ਸੈਂਟਰ ਪੁਆਇੰਟ ਰਹੇਗਾ, ਇਹ ਉਹਨਾਂ ਨੇ ਕਿਹਾ। ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਦੂਸਰੇ ਦਾ ਪੂਰਾ ਸਾਥ ਦੇਵਾਂਗੇ ਤਾਂ ਕਿ ਅਸੀਂ ਆਪਣੇ ਬੇਟੇ ਅਗਸਤ ਨੂੰ
ਹਰ ਉਹ ਉਸ ਖੁਸ਼ੀ ਦੇ ਸਕੀਏ ਜਿਹੜੀ ਉਹਨੂੰ ਲੋੜ ਹੈ। ਅਸੀਂ ਸਾਰੇ ਨੂੰ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਇਸ ਸੰਵੇਦਨਸ਼ੀਲ ਮੌਕੇ ਦੇ ਉੱਤੇ ਤੁਸੀਂ ਸਾਰੇ ਲੋਕ ਸਾਨੂੰ ਪ੍ਰਾਈਵੇਸੀ ਦਿਓਗੇ। ਔਰ ਹਾਰਦਿਕ ਪਾਂਡਿਆ ਦੇ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ, ਭਾਵੁਕ ਮਨ ਦੇ ਨਾਲ ਉਹਨਾਂ ਨੇ ਗੱਲਾਂ ਕੀਤੀਆਂ ਨੇ, ਔਰ ਉਹਨਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਜੋ ਵੀ ਉਹਨਾਂ ਦੇ ਵੱਲੋਂ ਰਿਸ਼ਤੇ ਦੇ ਵਿੱਚ ਇਸ ਟਾਈਮ ਖਟਾਸ ਆਈ ਹੈ, ਉਹਨਾਂ ਦਾ ਤਲਾਕ ਹੋਇਆ, ਪਰ ਹਸਬੈਂਡ ਵਾਈਫ ਦੇ ਵੱਲੋਂ ਕੋਈ ਐਸੀ ਪੋਸਟ ਨਹੀਂ ਪਾਈ ਗਈ ਹੈ ਕਿ ਕਿਸੇ ਨੇ ਦੋਨਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਕਿਸੇ ਨੂੰ ਬਲੇਮ ਕੀਤਾ ਹੋਵੇ ਕਿ ਇਹਦੀਆਂ ਇਹ ਆਦਤਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਸੀ ਜਾਂ ਮੈਂ ਇਸ ਕਰਕੇ ਉਸ ਤੋਂ ਅਲੱਗ ਹੋਈ ਹਾਂ। ਦੋਵਾਂ ਦੇ ਵੱਲੋਂ ਸਿਰਫ ਇਹੀ ਕਿਹਾ ਗਿਆ ਹੈ ਕਿ ਸਾਨੂੰ ਲੱਗਾ ਕਿ ਹੁਣ ਸਾਡਾ ਇਕੱਠਿਆਂ ਰਹਿਣਾ ਠੀਕ ਨਹੀਂ ਹੈ, ਇਸ ਕਰਕੇ ਅਸੀਂ ਤਲਾਕ ਲੈ ਰਹੇ ਹਾਂ, ਪਰ ਅਸੀਂ ਆਪਣੇ ਬੇਟੇ ਦਾ ਪੂਰਾ ਧਿਆਨ ਰੱਖਾਂਗੇ। ਨਤਾਸ਼ਾ ਸਟੈਨਕੋਵਿਕ ਜਿਹੜੀ ਆ ਸਰਬੀਆ ਦੀ ਰਹਿਣ ਵਾਲੀ ਸੀ, ਜਿਵੇਂ ਤੁਹਾਨੂੰ ਦੱਸਿਆ, ਔਰ ਜੇਕਰ ਨਤਾਸ਼ਾ ਦੇ ਜੀਵਨ 'ਤੇ ਝਾਤ ਮਾਰੀ, ਅਸੀਂ ਹਾਰਦਿਕ ਪਾਂਡਿਆ ਨੂੰ ਬੜੇ ਡੀਪਲੀ ਜਾਣਦੇ ਹਾਂ ਕਿਉਂਕਿ ਭਾਰਤ ਦੀ ਟੀਮ ਦਾ ਇੱਕ ਉੱਭਰਦਾ ਹੋਇਆ ਸਿਤਾਰਾ ਹੈ, ਪਰ ਨਤਾਸ਼ਾ ਕੌਣ ਹੈ? ਨਤਾਸ਼ਾ ਦਰਅਸਲ ਇਹਦਾ ਜਨਮ ਜਿਹੜਾ ਹੈ ਨਤਾਸ਼ਾ ਦਾ 4 ਮਾਰਚ 1992 ਦਾ ਸਰਬੀਆ ਦੇ ਵਿੱਚ ਹੋਇਆ ਸੀ। ਉਹ ਇੱਕ ਬਾਲੀਵੁੱਡ ਦੇ ਵਿੱਚ, ਉਹਨਾਂ ਦੀ ਬਾਲੀਵੁੱਡ ਦੇ ਵਿੱਚ ਪਹਿਲੀ ਫਿਲਮ ਜਿਹੜੀ ਸੀ ਉਹ ਸੱਤਿਆਗ੍ਰਹਿ ਸੀ। ਸੱਤਿਆਗ੍ਰਹਿ ਫਿਲਮ ਦੇ ਵਿੱਚ ਨਤਾਸ਼ਾ ਪਹਿਲੀ ਵਾਰ ਨਜ਼ਰ ਆਈ ਸੀ। ਇਸ ਤੋਂ ਇਲਾਵਾ ਬਿੱਗ ਬੌਸ 8 ਦੇ ਵਿੱਚ, ਨੱਚ ਬਲੀਏ 9 ਦੇ ਵਿੱਚ ਬਤੌਰ ਕੰਟੈਸਟੈਂਟ ਉਹ ਨਜ਼ਰ ਆਏ ਸੀ। ਬਾਦਸ਼ਾਹ ਦੇ ਗਾਣੇ ਡੀਜੇ ਵਾਲੇ ਬਾਬੂ ਦੇ ਨਾਲ ਉਹਨੇ ਉਹਨੂੰ ਪੋਪੂਲੈਰਿਟੀ ਸੀ ਜਿਹੜੀ ਉਹ ਜ਼ਿਆਦਾ ਮਿਲੀ। ਹਾਰਦਿਕ ਅਤੇ ਨਤਾਸ਼ਾ ਦੀ ਮੁਲਾਕਾਤ ਇੱਕ ਨਾਈਟ ਕਲੱਬ ਦੇ ਵਿੱਚ ਹੋਈ ਸੀ ਅਤੇ ਇੱਥੇ ਹੀ ਦੋਨਾਂ ਦੇ ਵਿੱਚ ਦੋਨਾਂ ਦੀ ਜਿਹੜੀ ਲਵ ਸਟੋਰੀ ਸੀ ਉਹ ਚਾਲੂ ਹੋਈ ਸੀ, ਸ਼ੁਰੂ ਹੋਈ ਸੀ ਅੱਜ ਤੋਂ 4 ਸਾਲ ਪਹਿਲਾਂ। ਹਾਰਦਿਕ ਅਤੇ ਨਤਾਸ਼ਾ ਦੀ ਜਿਹੜੀ ਮੁਲਾਕਾਤ ਹੈ ਉਸਦਾ ਬੜਾ ਇੰਟਰਸਟਿੰਗ ਇੱਕ ਕਿੱਸਾ ਹੈ ਕਿ ਸਭ ਤੋਂ ਜ਼ਿਆਦਾ ਟੌਕ ਆਫ ਦਾ ਟਾਊਨ ਰਿਹਾ। ਦੋਨਾਂ ਦੀ ਪਹਿਲੀ ਮੁਲਾਕਾਤ ਸਾਲ 2018 ਦੇ ਵਿੱਚ ਇੱਕ ਨਾਈਟ ਕਲੱਬ ਦੇ ਵਿੱਚ, ਜਿਵੇਂ ਅਸੀਂ ਹੁਣੇ ਜ਼ਿਕਰ ਕੀਤਾ ਹੋਈ ਸੀ, ਅਤੇ ਨਤਾਸ਼ਾ ਹਾਰਦਿਕ ਦੇ ਕਈ ਕੋਮਨ ਫਰੈਂਡਸ ਨੇ। ਔਰ 6 ਸਾਲ ਪਹਿਲਾਂ ਮੁੰਬਈ ਦੇ ਵਿੱਚ ਕ੍ਰਿਕੇਟਰ ਨੇ ਆਪਣੀ ਬਰਥਡੇ ਪਾਰਟੀ ਜਿਹੜੀ ਸੀ ਹੋਸਟ ਕੀਤੀ ਸੀ। ਇਸ ਪਾਰਟੀ ਦੇ ਵਿੱਚ ਨਤਾਸ਼ਾ ਵੀ ਸ਼ਾਮਲ ਹੋਈ ਸੀ। ਇਹ ਦੋਨੋਂ ਪਹਿਲੀ ਵਾਰ ਉਸ ਪਾਰਟੀ ਦੇ ਵਿੱਚ ਮਿਲੇ ਸੀ, ਔਰ ਹਾਰਦਿਕ ਨੇ 1 ਜਨਵਰੀ 2020 ਦੇ ਵਿੱਚ ਨਤਾਸ਼ਾ ਦੇ ਨਾਲ ਸਗਾਈ ਕਰਵਾਈ, ਅਤੇ ਇਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ ਸੀ ਕਿ ਦੋਨੇ 31 ਮਈ 2020 ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਝਣਗੇ। ਇਹ ਹਾਰਦਿਕ ਪਾਂਡਿਆ ਦੇ ਵੱਲੋਂ ਇਹਦੀ ਪੁਸ਼ਟੀ ਕੀਤੀ ਗਈ ਸੀ, ਔਰ 30 ਜੁਲਾਈ 2020 ਨੂੰ ਉਹਨਾਂ ਦੇ ਬੇਟੇ ਦਾ ਜਨਮ ਹੋਇਆ, ਅਗਸਤ ਦਾ ਜਨਮ ਹੋਇਆ। ਨਤਾਸ਼ਾ ਅਤੇ ਹਾਰਦਿਕ ਦੇ ਅਲੱਗ ਹੋਣ ਦੀਆਂ ਜਿਹੜੀਆਂ ਖਬਰਾਂ ਸੀ, ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ। IPL ਦੇ ਸਮੇਂ ਵੀ ਇਹ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸੀ। ਉਸ ਟਾਈਮ ਕਿਹਾ ਜਾ ਰਿਹਾ ਸੀ ਕਿ ਦੋਨਾਂ ਨੇ ਆਪਣੇ ਰਾਸਤੇ ਅਲੱਗ ਕਰ ਲਏ ਨੇ। ਕਪਲ ਨੇ ਅਲੱਗ ਹੋਣ ਦੀਆਂ ਖਬਰਾਂ ਨੂੰ ਅਫਵਾਹਾਂ ਦੱਸਿਆ ਸੀ ਉਸ ਟਾਈਮ, ਜਦੋਂ ਨਤਾਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਾਰਦਿਕ ਦੇ ਨਾਲ ਆਪਣੇ ਵਿਆਹ ਦੀ ਫੋਟੋ ਹਟਾ ਦਿੱਤੀ ਸੀ। ਉਦੋਂ ਇਹ ਗੱਲਾਂ ਚੱਲ ਪਈਆਂ ਸੀ, ਪਰ ਇਹਨਾਂ ਨੇ ਕਿਹਾ ਕਿ ਇਹਨਾਂ ਗੱਲਾਂ ਨੂੰ ਹਵਾ ਦੇਣ ਦਾ ਕੋਈ ਫਾਇਦਾ ਨਹੀਂ ਆ। ਫਿਰ ਕੁਛ ਦਿਨ ਬਾਅਦ ਨਤਾਸ਼ਾ ਨੇ ਇਸ ਫੋਟੋ ਦੇ ਉੱਤੇ ਰੀਸਟੋਰ ਕਰਕੇ ਤਲਾਕ ਦੀ ਅਫਵਾਹਾਂ ਦੇ ਉੱਤੇ ਜਾਣੀ ਕਿ ਬ੍ਰਾਮਚੇ ਨੇ ਲਗਾ ਦਿੱਤਾ ਸੀ। ਉਹ IPL 2024 ਦੇ ਵਿੱਚ ਪਤੀ ਨੂੰ ਚੇਅਰ ਕਰਨ ਦੇ ਲਈ ਵੀ ਮੌਜੂਦ ਨਹੀਂ ਰਹੀ। ਉਦੋਂ ਤਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਬਿਲਕੁਲ ਠੀਕ ਨਹੀਂ ਚੱਲ ਰਿਹਾ, ਜਦਕਿ ਇਸ ਵਾਰ ਮੁੰਬਈ ਇੰਡੀਅਨ ਦੀ ਜਿਹੜੀ ਕੈਪਟਨ ਉਹਨਾਂ ਨੇ ਕਪਤਾਨੀ ਕੀਤੀ ਹੈ ਹਾਰਦਿਕ ਦੇ ਹੱਥ ਦੇ ਵਿੱਚ ਸੀ। ਇਸ ਦੇ ਬਾਅਦ ਵੀ ਇੰਡੀਆ ਨੇ T20 ਵਰਲਡ ਕੱਪ ਦੇ ਵਿੱਚ ਵਰਲਡ ਕੱਪ ਜਿੱਤਿਆ, ਉਸ ਦੇ ਵਿੱਚ ਵੀ ਨਤਾਸ਼ਾ ਦਾ ਕੁਛ ਵੀ ਕੋਈ ਰੋਲ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਵੀ ਨਤਾਸ਼ਾ ਨੇ ਹਾਰਦਿਕ ਦੇ ਲਈ ਕੋਈ ਪੋਸਟ ਸ਼ੇਅਰ ਜਿਹੜੀ ਸੀ ਉਹ ਨਹੀਂ ਕੀਤੀ ਸੀ। ਔਰ ਟੀਮ ਇੰਡੀਆ ਦੀ ਜਿੱਤ ਦੇ ਵਿੱਚ ਹਾਰਦਿਕ ਪਾਂਡਿਆ ਦਾ ਅਹਿਮ ਰੋਲ ਰਿਹਾ ਸੀ, ਔਰ ਇਸ ਤੋਂ ਇਹ ਜ਼ਾਹਰ ਸੀ ਕਿ ਹਾਰਦਿਕ ਪਾਂਡਿਆ ਜਿਹੜੇ ਨੇ ਉਹ ਥੋੜ੍ਹੇ ਨਿਰਾਸ਼ ਜ਼ਰੂਰ ਨੇ। ਪਰ ਅਸੀਂ ਜ਼ਿਕਰ ਕੀਤਾ ਹੈ, ਤੁਸੀਂ ਇੱਕ ਲਾਈਨ ਵੀ ਪੜ੍ਹ ਰਹੇ ਹੋਵੋਗੇ ਕਿ ਸ਼੍ਰੀਲੰਕਾ ਨਾ ਜਾਣ ਦਾ ਸੱਚ ਆਇਆ ਸਾਹਮਣੇ, ਕਿਉਂਕਿ ਸ਼੍ਰੀਲੰਕਾ ਗਈ ਹੈ, ਭਾਰਤੀ ਟੀਮ ਜਾ ਰਹੀ ਹੈ, ਔਰ ਉੱਥੇ
ਮੈਚ ਹੋਣਗੇ। ਵੀਰਵਾਰ ਨੂੰ ਟੀ ਟਵੰਟੀ ਅਤੇ ਵਨਡੇ ਦਾ ਐਲਾਨ ਕੀਤਾ ਗਿਆ ਸੀ ਔਰ ਟੀ ਟਵੰਟੀ ਦੀ ਕਮਾਨ ਸੂਰਿਆ ਕੁਮਾਰ ਯਾਦਵ ਨੂੰ ਸੌਂਪੀ ਗਈ ਸੀ। ਵਨਡੇ ਟੀਮ ਦੀ ਕਮਾਨ ਜਿਹੜੀ ਆ ਰੋਹਿਤ ਸ਼ਰਮਾ ਨੂੰ ਸੰਭਾਲੀ ਗਈ ਸੀ। ਵਿਰਾਟ ਕੋਹਲੀ ਵੀ ਇਸ ਟੀਮ ਦੇ ਵਿੱਚ ਸ਼ਾਮਲ ਰਹਿਣਗੇ। ਹਾਲਾਂਕਿ ਹਾਰਦਿਕ ਪਾਂਡਿਆ ਜਿਹੜੇ ਨੇ ਉਹਨਾਂ ਨੇ ਸ਼੍ਰੀਲੰਕਾ ਨਹੀਂ ਜਾਣ ਦਾ ਫੈਸਲਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਸੀ ਨਿੱਜੀ ਰੁਝੇਵਿਆਂ ਦੇ ਕਰਕੇ ਮੈਂ ਸ਼੍ਰੀਲੰਕਾ ਦੌਰੇ 'ਤੇ ਨਹੀਂ ਜਾਣਾ ਚਾਹੁੰਦਾ ਔਰ ਉਸਦਾ ਸੱਚ ਵੀ ਸਾਹਮਣੇ ਆ ਗਿਆ ਕਿ ਇਸ ਡਿਸਪਿਊਟ ਦੇ ਕਰਕੇ ਹਾਰਦਿਕ ਪਾਂਡਿਆ ਜਿਹੜੇ ਨੇ ਉਹਨਾਂ ਨੇ ਸ਼੍ਰੀਲੰਕਾ ਦਾ ਦੌਰਾ ਰੱਦ ਕੀਤਾ ਹੈ। ਉਹ ਆਪਣੇ ਜੋ ਉਹਨਾਂ ਦਾ ਤਲਾਕ ਹੈ ਸ਼ਾਇਦ ਹੋ ਸਕਦਾ ਹੈ ਉਸ ਨੂੰ ਲੈ ਕੇ ਥੋੜ੍ਹੇ ਨਿਰਾਸ਼ ਵੀ ਹੋਣ, ਕਿਉਂਕਿ ਉਹਨਾਂ ਦੇ ਆਪਣੀ ਪਸੰਦ ਦੇ ਨਾਲ ਵਿਆਹ ਕਰਵਾਇਆ ਸੀ ਔਰ ਉਸ ਤੋਂ ਬਾਅਦ ਤਲਾਕ ਲੈਣਾ ਕੋਈ ਛੋਟਾ ਕਦਮ ਨਹੀਂ ਹੈ। ਸੋ ਇਸ ਨੂੰ ਲੈ ਕੇ ਹਾਰਦਿਕ ਪਾਂਡਿਆ ਨੇ ਸ਼੍ਰੀਲੰਕਾ ਦੌਰੇ ਦੇ ਉੱਤੇ ਜਾਣ ਦੇ ਲਈ ਬੀ ਸੀ ਸੀ ਆਈ ਨੂੰ ਇੱਕ ਇਹ ਮੰਗ ਕੀਤੀ ਸੀ ਕਿ ਮੈਂ ਇਸ ਦੌਰੇ 'ਤੇ ਨਹੀਂ ਜਾ ਸਕਦਾ ਕਿਉਂਕਿ ਮੈਂ ਥੋੜ੍ਹਾ ਜਿਹਾ ਮੇਰੇ ਘਰ ਦੇ ਰੁਝੇਵੇਂ ਨੇ, ਇਸ ਕਰਕੇ ਮੈਂ ਇਸ ਦੌਰੇ ਨੂੰ ਰੱਦ ਕਰਨਾ ਚਾਹੁੰਦਾ ਔਰ ਬੀ ਸੀ ਸੀ ਆਈ ਨੇ ਉਹਨਾਂ ਦੀ ਜਿਹੜੀ ਇਸ ਗੱਲ ਦੀ ਉਹਨਾਂ ਨੂੰ ਮਨਜ਼ੂਰੀ ਵੀ ਦਿੱਤੀ ਔਰ ਜਿਸ ਤੋਂ ਬਾਅਦ ਹਾਰਦਿਕ ਪਾਂਡਿਆ ਸ਼੍ਰੀਲੰਕਾ ਦੌਰੇ 'ਤੇ ਨਹੀਂ ਗਏ ਨੇ। ਸੋ ਹਾਰਦਿਕ ਪਾਂਡਿਆ ਔਰ ਨਤਾਸ਼ਾ ਦੇ ਜਿਹੜੀਆਂ ਇਹ ਅਫਵਾਹਾਂ ਚੱਲ ਰਹੀਆਂ ਸੀ ਕਿ ਉਹਨਾਂ ਦਾ ਤਲਾਕ ਦੀਆਂ ਅਫਵਾਹਾਂ ਸੀ ਉਹਨਾਂ ਦੇ ਉੱਤੇ ਹੁਣ ਸਪਸ਼ਟ ਰੂਪ ਦੇ ਉੱਪਰ ਦੋਵਾਂ ਨੇ ਹਾਰਦਿਕ ਤੇ ਨਤਾਸ਼ਾ ਨੇ ਮੋਹਰ ਲਗਾ ਦਿੱਤੀ ਹੈ ਕਿ ਹਾਂ ਉਹਨਾਂ ਦਾ ਤਲਾਕ ਹੋ ਰਿਹਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।